ਅਸਲਾਮੁਅਲੈਕਮ ਸਾਰੇ ਦੋਸਤਾਂ ਨੂੰ ਯਾਰ ਅੱਛਾ ਯਾਰ ਸਭ ਤੋਂ ਪਹਿਲੇ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਤੁਸੀਂ ਸਭ ਤੋਂ ਜ਼ਬਰਦਸਤ ਸੈਂਟਰ ਦੇ ਵਿੱਚ ਆਏ ਸੀ ਠੀਕ ਹੈ तकरीबन ਇਹਨਾਂ ਦੀ 1 ਮਾਂ 1 ਮਾਂ ਰਹਿ ਗਿਆ ਜੀ ਡੇਢ ਮਾਂ ਰਹਿ ਗਿਆ ਸਭ ਤੋਂ ਬਿਹਤਰੀਨ ਸੈਂਟਰ ਸੀ ਔਰ ਮੇਰਾ ਖਿਆਲ ਹੈ ਤੁਸੀਂ ਬੜਾ ਕੁਝ ਇਥੋਂ ਸਿੱਖਿਆ ਹੋਣਾ ਜਦੋਂ ਤੁਸੀਂ ਆਏ ਸੀ ਨਾ ਉਦੋਂ ਵੈਪਨ ਵੈਪਨ ਵੇਖ ਕੇ ਬੜਾ ਦਿਲ ਕਰਦਾ ਯਾਰ ਇਹ ਜਿਹੜੀ ਵੈਪਨ ਦੇ ਮਤਲਬਾ ਠੀਕ ਹੈ ਐਸਐਮਜੀ ਵੇਖੀ ਹੈ ਨਾ ਜਦੋਂ ਅਸੀਂ ਸਿਵਲ ਸੀ ਤੇ ਬੜਾ ਮਜ਼ੇਦਾਰ ਲੱਗਦਾ ਸੀ ਯਾਰ ਕਿ ਅਸੀਂ ਵੀ ਵੈਪਨ ਫੜੀਏ ਮੈਂ ਤੁਹਾਨੂੰ ਇੱਕ ਵੈਪਨ ਦੇ ਮਤਲਕਾ ਹੀ ਬਸ ਇੱਕ ਹਿੰਟ ਦੇਣਾ ਚਾਹਨਾ ਵਾ ਕਿ ਪੂਰੀ ਸਰਵਸ ਇਸ ਵੈਪਨ ਨੂੰ ਇਸ ਤਰ੍ਹਾਂ ਸਮਝੋ ਕਿ ਜਿਸ ਤਰ੍ਹਾਂ ਕਿ ਐਸਰੇ ਸਮਝੋ ਵੀ ਜਿਸ ਤਰ੍ਹਾਂ ਤੁਸੀਂ ਨਾ ਇਹਨੂੰ ਕਿਸੇ ਵੱਲ ਸਿੱਧੀ ਕੀਤੀ ਨਹੀਂ ਤੇ ਫੈਰ ਚੱਲਿਆ ਨਹੀਂ ਚਾਹੇ ਚ ਰੋਂਦ ਹੈ ਜਾਂ ਨਹੀਂ ਹੈ ਇੱਕ ਬਸ ਇਹ ਤੁਹਾਨੂੰ ਦੱਸ ਦਿਆ ਤੁਸੀਂ ਵੇਖੋਗੇ ਅਕਸਰ ਸ਼ਾਦੀਆਂ ਵਿਆਹਾਂ ਤੇ ਫੈਰ ਹੋ ਜਾਂਦਾ ਹੈ ਹਾਲਾਂਕਿ ਬੜੀ ਐਸੀ ਚੀਜ਼ ਹੈ ਕਦੀ ਤੁਸੀਂ ਗੌਰ ਕੀਤਾ ਹੈ ਜਲਸੇ ਜਲੂਸਾਂ ਦੇ ਵਿੱਚ ਮਲਾਜ਼ਮਾਂ ਕੋਲ ਇੰਨੀਆਂ ਵੈਪਨਾਂ ਜੀ3ਆਂ ਐਸਐਮਜੀਆਂ ਪਤਾ ਨਹੀਂ ਕਿਹੜੀਆਂ ਕਣੀ ਕਦੀ ਫੈਰ ਹੋਇਆ ਕਦੀ ਨਹੀਂ ਫੈਰ ਹੋਇਆ ਲੇਕਿਨ ਬੜੀ ਗੱਲ ਵੀ ਇਹ ਤੇ ਇੱਕ ਕਿਤੇ ਸ਼ਾਦੀ ਬਿਆਹ ਤੇ ਜਾਂ ਮੰਗਣੀ ਤੇ ਬੜੀ ਗੱਲ 10 ਬੰਦੇ ਹੋਣਗੇ ਜਾਂ ਚਲੋ 50 ਬੰਦੇ ਕਾ ਲਓ ਇੰਨੇ ਹੋਣਗੇ ਠੀਕ ਹੈ ਲੇਕਿਨ ਫਿਰ ਵੀ ਉਹ ਇੱਕ ਨਾ ਕੋਈ ਗਲਤੀ ਇਸ ਤਰ੍ਹਾਂ ਕਰ ਦਿੰਦੇ ਨੇ ਜਿਸ ਤਰ੍ਹਾਂ ਆਸੇ ਪੇਸ਼ ਹੁੰਦੇ ਨੇ ਤੇ ਉਹ ਫੈਰ ਹੋ ਜਾਂਦਾ ਉਹਦੀ ਪਿੱਛੇ ਇੱਕ ਬੇਸਿਕ ਵਜ੍ਹਾ ਹੈਗੀ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਜਾਂ ਨਹੀਂ ਤੇ ਤੁਹਾਡੇ ਇਲਮ ਵਿੱਚ ਇਜ਼ਾਫਾ ਹੋ ਜਾਏਗਾ ਜਿਹੜੇ ਇਹ ਰੋਂਹ ਦੇ ਨੇ ਨਾ ਇਹਨਾਂ ਦੇ ਪਿੱਛੇ ਇੱਕ ਜਿਹੜਾ ਇੱਕ 홀 ਬਣਿਆ ਇੱਕ ਸਿੱਕਾ ਹੁੰਦਾ ਛੋਟਾ ਜਿਹਾ ਠੀਕ ਹੈ ਜਿੱਥੇ ਜਿਹੜੀ ਫਾਇਰ ਪਿੰਨ ਜਾ ਕੇ ਹਿੱਟ ਹੁੰਦੀ ਠੀਕ ਹੈ ਅਗਰ ਕੋਈ ਇੱਕ ਰੋਂਹ ਦੇ ਨਾ ਉਹਨੂੰ ਫਾਇਰ ਪਿੰਨ ਹਲਕੀ ਜੀ ਜਿੱਥੇ ਬਿਲਕੁਲ ਪਟਾਕਾ ਬਿਲਕੁਲ ਛੋਟਾ ਜਿਹਾ ਪਟਾਕਾ ਹੁੰਦਾ ਉਹਨੂੰ ਹਲਕੀ ਜੀ ਟੱਚ ਹੋ ਜੇ ਨਾ ਇੱਕ ਦਫਾ ਤੇ ਸਮਝ ਲਓ ਰੋਂਹ ਚੱਲਣ ਦੇ ਇਸ ਤਰ੍ਹਾਂ ਸਮਝ ਲਓ ਕਿ ਜਿਸ ਤਰ੍ਹਾਂ 70% ਕਰੀਬ ਚਲੇ ਜਾਂਦਾ ਅਸੀਂ ਕੀ ਕਰਨੇ ਆ ਜਦੋਂ ਤੁਸੀਂ ਗੌਰ ਕਰੋਗੇ ਇਹ ਮੈਗਜ਼ੀਨ ਕਰਦੇ ਨੇ ਅੰਦਰ ਲੋਡ ਮੈਗਜ਼ੀਨ ਲੋਡ ਕੀਤੀ ਵੈਪਨ ਦੀ ਠੀਕ ਹੈ ਉਸ ਤੋਂ ਬਾਅਦ ਉਹਨੂੰ ਕਰਦੇ ਨੇ ਕਾਕ ਜਦੋਂ ਕਾਕ ਕਰਦੇ ਨੇ ਕਈ ਐਸੇ ਐਸਐਮਜੀ ਹੋਵੇ ਸਵਾਈ ਜੀ3 ਤੋਂ ਦੂਸਰੇ ਜਿੰਨੇ 12 ਬੋਰ ਤੇ ਆਮ ਨੇ ਨਾ ਇਹਦੀ ਫਾਇਰ ਪੈਨ ਨੂੰ ਹਲਕੀ ਜੀ ਜਾ ਕੇ ਟੱਚ ਹੁੰਦੀ ਠੀਕ ਹੈ ਜਿਸ ਦੀ ਵਜ੍ਹਾ ਨਾਲ ਇੱਕ ਮਰਤਬਾ ਤੇ ਬਚਤ ਹੋ ਜਾਂਦੀ ਬਾਅਦ ਕਾਦ ਇਸ ਤਰ੍ਹਾਂ ਹੁੰਦੇ ਕਿ ਇੰਨੇ ਗੰਦੇ ਅਕਸਰ ਜਿਹੜੇ ਹੁੰਦੇ ਨੇ ਪਿਸਟਲ ਦੇ ਫਾਇਰ ਨਿਕਲਦੇ ਨੇ اسی ਵਜ੍ਹਾ ਤੋਂ ਨਿਕਲਦੇ ਨੇ ਕਿ ਉਹ ਉਹਨੂੰ ਕਾ ਕਰਕੇ ਆਪਣੇ ਲੋ ਛੱਡ ਦਿੰਦੇ ਨੇ ਤੇ ਉਹ ਹਲਕੀ ਜਿਹੀ ਉਹਨੂੰ ਵਜਾ ਕੇ ਪਟਾਕੇ ਨੂੰ ਫਾਇਰ ਪਿੰਜ ਜਾ ਕੇ ਟੱਚ ਹੁੰਦੀ ਤੇ ਫਾਇਰ ਹੋ ਜਾਂਦਾ ਉਸ ਤੋਂ ਇਲਾਵਾ ਇੱਕ ਮੈਂ ਤੁਹਾਨੂੰ ਐਂਡ ਕਰ ਦਿਆਂ ਕਿ ਕਦੀ ਵੀ ਜਿਹੜਾ ਨਾ ਕਦੀ ਵੀ ਕੋਈ ਵੀ ਰੌਂਦ ਏ ਜਿਸ ਤਰ੍ਹਾਂ ਮਰਜੀ ਏ ਆਵਾਮ ਦੇ ਵਿੱਚ ਕਦੀ ਵੀ ਤੁਸੀਂ ਜਿਹੜੀ ਹੈ ਨਾ ਐਨਐਸਵੀ ਨਹੀਂ ਕਰਨੀ ਹੈਗੀ ਬਸ ਭਾਵੇਂ ਚ ਰੌਂਦ ਹੈ ਜਾਂ ਨਹੀਂ ਹੈ ਐਨਐਸਵੀ ਨਾ ਕਰਿਓ ਠੀਕ ਹੈ ਜਨਾਬ